ਔਰ ਸਾਡੇ ਜਿਹੜੇ ਖਿਡਾਰੀ ਨੇ ਤੁਸੀਂ ਇਸ ਵੇਲੇ ਮੈਡਲ ਜਿਨ੍ਹਾਂ ਨੇ ਅਚੀਵ ਕੀਤੇ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ ਜਿਹੜੀ ਸੁਖਨਾ ਲੇਕ ਦੇ ਉੱਤੇ ਪੰਜਾਬ ਆਪਣਾ ਕਰਵਾਈ ਗਈ ਆ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਵੱਲੋਂ, ਉਹਦੇ ਵਿੱਚੋਂ ਵੀ ਮੈਡਲ ਲੈ ਕੇ ਆਏ ਨੇ ਅਤੇ ਨਾਲ ਪੰਜਾਬ ਦੀਆਂ ਸਟੇਟ ਪੱਧਰ ਦੀਆਂ ਖੇਡਾਂ ਦੇ ਵਿੱਚੋਂ ਜੂਨੀਅਰ ਅਤੇ ਸੀਨੀਅਰ 'ਚੋਂ ਮੈਡਲ ਲੈ ਕੇ ਆਏ ਨੇ। ਇਹ ਜਿਹੜਾ ਪੰਜਾਬ ਰਾਜ ਦੀਆਂ ਖੇਡਾਂ ਨੇ ਪੰਜਾਬ ਕੈਕਿੰਗ ਕਨੋਇੰਗ ਐਸੋਸੀਏਸ਼ਨ ਵੱਲੋਂ ਜਿਹੜੀਆਂ ਕਰਵਾਈਆਂ ਗਈਆਂ ਨੇ, ਇਹ ਰੋਪੜ ਵਿਖੇ ਕਰਵਾਈਆਂ ਗਈਆਂ, ਕਟਲੀ ਵਾਟਰ ਸਪੋਰਟਸ ਸੈਂਟਰ ਜੋ ਸਤਲੁਜ 'ਤੇ ਬਣਾਇਆ ਗਿਆ ਰੋਪੜ ਵਿਖੇ ਉੱਥੇ ਕਰਵਾਈਆਂ ਗਈਆਂ ਅਤੇ ਵੱਖ ਵੱਖ ਰੇਸਾਂ ਦੇ ਵਿੱਚੋਂ ਸਾਡੇ ਖਿਡਾਰੀਆਂ ਨੇ 98 ਮੈਡਲ ਅਚੀਵ ਕੀਤੇ ਨੇ, ਕਿਉਂਕਿ ਜਿਹੜੀ ਇੱਕ ਬੋਟ ਆ ਉਹਦੇ 14 ਮੈਡਲ ਨੇ, ਜੇ ਆਪਾਂ ਟੋਟਲ ਮੈਡਲ ਕਾਊਂਟ ਕਰੀਏ ਤਾਂ ਇੱਕ ਖਿਡਾਰੀ ਨੇ ਸਾਡੇ ਨੇ 5-5, 6-6 ਮੈਡਲ ਅਚੀਵ ਕੀਤੇ ਨੇ। ਕਿੰਨੇ ਆਪਣੇ ਖਿਡਾਰੀਆਂ ਨੇ ਭਾਗ ਲਿਆ ਇਸ ਚੈਂਪੀਅਨਸ਼ਿਪ ਦੇ ਵਿੱਚ? 13 ਜ਼ਿਲ੍ਹਿਆਂ ਦੇ ਖਿਡਾਰੀ ਆਏ ਸਨ, ਜਿਨ੍ਹਾਂ ਦੇ ਵਿੱਚੋਂ ਸਾਡੇ ਬੱਚਿਆਂ ਨੇ 7 ਜ਼ਿਲ੍ਹਿਆਂ ਤੋਂ ਭਾਗ ਲਿਆ ਸੀ, ਜਿਵੇਂ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਪਠਾਨਕੋਟ, ਜਿਵੇਂ ਕਪੂਰਥਲਾ ਅਤੇ ਜਲੰਧਰ। ਇੱਦਾਂ ਇਹ ਸਾਡੇ ਕਲੱਬ ਦੇ ਜਿਹੜੇ ਸੰਤ ਸੀਚਲ ਬਾਬਾ ਜੀ ਦੇ ਰਹਿਣ ਵਾਲੇ ਹੇਠ ਕਲੱਬ ਵਾਟਰ ਸਪੋਰਟ ਚੱਲ ਰਿਹਾ 2014 ਤੋਂ, ਇਸ ਵਿੱਚ ਅਭਿਆਸ ਕਰਦੇ ਜਿਹੜੇ ਬੱਚੇ ਸੀ 7 ਜ਼ਿਲ੍ਹਿਆਂ ਵੱਲੋਂ ਭਾਗ ਲਿਆ ਸੀ ਉਹਨਾਂ ਨੇ, ਅਤੇ ਉਹਦੇ ਵਿੱਚੋਂ ਜਿਹੜਾ ਸਾਡਾ ਅੰਮ੍ਰਿਤਸਰ ਡਿਸਟ੍ਰਿਕਟ ਆ ਸਭ ਤੋਂ ਮੋਰੀ ਰਿਹਾ ਸੀ, ਅਸੀਂ ਓਵਰਆਲ ਚੈਂਪੀਅਨ ਜਿਹੜੀ ਆ ਕੈਕਿੰਗ ਦੇ ਵਿੱਚ ਕਨੋਇੰਗ ਦੇ ਵਿੱਚੋਂ ਅਚੀਵ ਕੀਤੀ ਆ। ਇਹ ਇੱਕ ਬੜਾ ਵਧੀਆ ਰਸਤਾ ਵਾ ਤੁਹਾਡੇ ਬੱਚਿਆਂ ਨੂੰ, ਇੱਕ ਤਾਂ ਉਹਨਾਂ ਦਾ ਬੈਟਰ ਫਿਊਚਰ ਦੀ ਜਿਹੜੀ ਤੁਸੀਂ ਭਵਿੱਖ 'ਚ ਕਾਮਨਾ ਕਰ ਸਕਦੇ ਹੋ ਉਹ ਤੁਸੀਂ ਇਹੋ ਹੀ ਆ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਵੱਲ ਲਾਓ, ਤਾਂ ਕਿ ਜਦੋਂ ਬੱਚੇ ਖੇਡਾਂ ਵੱਲ ਲੱਗਣਗੇ ਨੈਚੁਰਲੀ ਆ ਕਿ ਉਹ ਮੋਬਾਈਲਾਂ ਵੱਲੋਂ ਜਾਂ ਆਪਣੇ ਗਰੁੱਪਿਜ਼ਮ ਤੋਂ ਦੂਰ ਹੋਣਗੇ ਅਤੇ ਉਹ ਆਪਣਾ ਅਭਿਆਸ ਕਰਕੇ ਉਹਨਾਂ ਨੂੰ ਜ਼ਿੰਦਗੀ ਦਾ ਅਚੀਵ ਕਰਨ ਦਾ ਟਾਰਗੇਟ ਮਿਲੂਗਾ। ਜਦੋਂ ਇੱਕ ਮਨ ਨੂੰ ਕਿਸੇ ਨੂੰ ਵਿਹਲਾ ਮਨ ਸ਼ਤਾਨ ਦਾ ਘਰ ਹੁੰਦਾ, ਜਦੋਂ ਕਿਸੇ ਬੱਚੇ ਨੂੰ ਕਹੀਂ ਟਾਰਗੇਟ ਦੇ ਦਿੰਦੇ ਹਾਂ ਉਹ ਚਾਹੇ ਖੇਡਾਂ ਦਾ ਵਾ ਚਾਹੇ ਐਜੂਕੇਸ਼ਨ ਦਾ ਵਾ, ਜੇ ਚੰਗੇ ਲੈਵਲ 'ਤੇ ਉਹ ਅਚੀਵ ਕਰਦਾ ਤਾਂ ਆਪਣੇ ਆਪ ਹੀ ਉਹ ਗਵਰਨਮੈਂਟ ਜੋਬ 'ਚ ਚਲਾ ਜਾਂਦਾ ਜਾਂ ਹੋਰ ਕਿਸੇ ਪ੍ਰਾਈਵੇਟ ਅਦਾਰੇ ਵਿੱਚ ਸਪੋਰਟਸ ਕੋਟੇ ਚਲਾ ਜਾਂਦਾ, ਤਾਂ ਕਿ ਉਹ ਜਿਹੜਾ ਨਸ਼ਿਆਂ ਤੋਂ ਇਸ ਤਰੀਕੇ ਨਾਲ ਬੱਚਾ ਬਚ ਸਕਦਾ। ਵੇਖੋ ਜੀ, ਜਿਹੜੀਆਂ ਇਹ ਖੇਡਾਂ ਨੇ ਇਹ ਬਸ ਸਿਰਫ ਮੈਡਲ ਹੀ ਨਹੀਂ ਮਿਲੇ ਇਹਨਾਂ ਨੂੰ, ਇਹਨਾਂ ਨੂੰ ਨਾਲ ਸਰਟੀਫਿਕੇਟ ਵੀ ਮਿਲਣੇ ਆ, ਨਾਲ ਇਹਨਾਂ ਨੂੰ ਇਹਨਾਂ ਦੇ ਪੰਜਾਬ ਸਰਕਾਰ ਨੇ ਪੈਸੇ ਵੀ ਦੇਣੇ ਆ। ਜਿਹੜੇ ਯੂਨੀਵਰਸਿਟੀਆਂ ਵੱਲੋਂ ਖਿਡਾਰੀ ਖੇਡਦੇ ਨੇ ਉਹਨਾਂ ਖਿਡਾਰੀਆਂ ਨੂੰ ਮੈਡਲਾਂ ਦੇ ਨਾਲ ਨਾਲ 40-50 ਹਜ਼ਾਰ ਰੁਪਈਆ, ਜਿਹੜਾ 50-50 ਹਜ਼ਾਰ ਰੁਪਈਆ ਇੱਕ ਮੈਡਲ ਤਾਂ ਯੂਨੀਵਰਸਿਟੀ ਦਿੰਦੀ ਵੀ ਆ, ਉਸ ਤੋਂ ਬਾਅਦ ਪੰਜਾਬ ਸਰਕਾਰ ਵੀ ਦਿੰਦੀ ਆ। ਅਤੇ ਇਹ ਬੱਚੇ ਜਿਹੜੇ ਕਾਲਜਾਂ ਦੇ ਵਿੱਚ ਫ੍ਰੀ ਆਫ ਕੋਸਟ ਪੜ੍ਹਦੇ ਨੇ, ਸਕੂਲਾਂ ਦੇ ਵਿੱਚ ਫ੍ਰੀ ਆਫ ਕੋਸਟ ਪੜ੍ਹਦੇ ਨੇ, ਅਤੇ ਨਾਲ ਦੀ ਨਾਲ ਜਿਹੜੇ ਸਰਟੀਫਿਕੇਟ ਇਹਨਾਂ ਨੂੰ ਮਿਲਦੇ ਨੇ ਉਹਦੀ ਗ੍ਰੇਡੇਸ਼ਨ ਜਦੋਂ ਹੁੰਦੀ ਆ, ਜਦੋਂ ਉਹ ਗ੍ਰੇਡ ਬਣਦਾ ਉਹਨਾਂ ਦਾ ਅਤੇ ਪੰਜਾਬ ਸਰਕਾਰ ਦੀ ਪਾਲਿਸੀ ਦੇ ਵਿੱਚ 3% ਕੋਟੇ ਦੇ ਵਿੱਚ ਵੱਖ ਵੱਖ ਨੌਕਰੀਆਂ ਦੇ ਵਿੱਚ ਜਾ ਸਕਦੇ ਨੇ। ਇਹੋ ਹੀ ਇਹਨਾਂ ਦੀ ਮੋਟੀਵੇਸ਼ਨ ਆ। ਇਹਨਾਂ ਤੋਂ ਮੋਟੀਵੇਟ ਹੋ ਕੇ ਜਿਹੜੇ ਬੱਚਿਆਂ ਨੂੰ ਸਾਡੇ ਕੁਝ ਵਾਟਰ ਸਪੋਰਟਸ ਦੇ ਨੂੰ ਪਟਵਾਰੀ ਭਰਤੀ ਹੋਏ ਨੇ, ਕੁਝ CRPF 'ਚ ਭਰਤੀ ਹੋਏ ਨੇ, ਪੰਜਾਬ ਪੁਲਿਸ ਦੇ ਵਿੱਚ ਮੇਰੇ ਸਟੂਡੈਂਟ 4 ਜਿਹੜੇ ਆ ਉਹ ਹੌਲਦਾਰ ਭਰਤੀ ਕੌਂਸਟੇਬਲ ਭਰਤੀ ਹੋ ਕੇ ਹੁਣ ਹੌਲਦਾਰ ਬਣ ਗਏ ਅਤੇ ASI ਬਣਨ ਵਾਲੇ ਨੇ। ਇਹ ਇਸੇ ਤਰ੍ਹਾਂ ਇਹਨਾਂ ਦੀ ਮੋਟੀਵੇਸ਼ਨ ਹੀ ਆ, ਕਿਉਂਕਿ ਜਿਹੜੇ ਪੁਰਾਣੇ ਖਿਡਾਰੀ ਆ ਜਦੋਂ ਉਹ ਚੰਗੇ ਕੰਮ 'ਚ ਲੱਗ ਜਾਂਦੇ ਨੇ ਜਾਂ ਚੰਗਾ ਅਚੀਵ ਕਰਕੇ ਨੌਕਰੀਆਂ ਪ੍ਰਾਪਤ ਕਰ ਲੈਂਦੇ ਨੇ, ਤਾਂ ਸੋ ਜਿਹੜੇ ਇਹ ਛੋਟੇ ਬੱਚੇ ਆ ਉਹ ਇਹਨਾਂ ਵੱਲ ਵੇਖ ਕੇ ਵੱਧ ਤੋਂ ਵੱਧ ਜਿਹੜੀ ਅਚੀਵਮੈਂਟ ਕਰਦੇ ਆ। ਤਾਂ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਕਿ ਸੰਤ ਸੀਚਲ ਵਾਟਰ ਸਪੋਰਟਸ ਸੈਂਟਰ ਜੋ ਫ੍ਰੀ ਆਫ ਕੋਸਟ ਬਿਨਾਂ ਕਿਸੇ ਪੈਸੇ ਦੇ ਸੰਤ ਬਾਬਾ ਸੀਚਲ ਜੀ ਦੀ ਰਹਿਨਮਾਈ ਹੇਠ ਚੱਲ ਰਿਹਾ, ਉਹਦੇ ਵਿੱਚ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਭੇਜੋ ਤਾਂ ਕਿ ਉਹਨਾਂ ਦਾ ਬੈਟਰ ਫਿਊਚਰ ਬਣ ਸਕੇ। ਅਸੀਂ ਜੀ ਰੋਪੜ ਤੋਂ ਜਿੱਤ ਕੇ ਆਏ ਹਾਂ ਜੀ, ਮੇਰੇ C1 'ਚੋਂ 2 ਗੋਲਡ ਮੈਡਲ ਆ ਅਤੇ C2 'ਚੋਂ ਵੀ ਮੇਰੇ ਗੋਲਡ ਮੈਡਲ ਆ, ਅਤੇ ਇਹ ਮੇਰਾ ਪਾਰਟਨਰ ਆ ਜੀ C2 ਦਾ, ਅਤੇ ਡਰੈਗਨ ਬੋਟ ਵਿੱਚੋਂ ਮੇਰੇ 2 ਸਿਲਵਰ ਮੈਡਲ ਆ ਜੀ। ਬਾਬਾ ਜੀ ਵੱਲੋਂ ਕਿਸ ਤਰ੍ਹਾਂ ਦੇਖੋ ਜੀ, ਹੁਣ ਤੱਕ ਤਾਂ ਬਾਬਾ ਜੀ ਨੇ ਸਾਰਾ ਕੁਝ ਸਾਨੂੰ ਸਾਰਾ ਕੁਝ ਅੱਜ ਤੱਕ ਪ੍ਰੋਵਾਈਡ ਕੀਤਾ ਹੈ ਜੀ, ਸਾਰਾ ਕੁਝ ਖਾਣਾ ਪੀਣਾ ਰਹਿਣਾ ਸਹਿਣਾ ਸਾਰਾ ਕੁਝ ਸਾਨੂੰ ਮੁਫਤ ਦਿੰਦੇ ਆ ਜੀ। ਅਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਹੋਰ ਵੀ ਬੱਚੇ ਜਿਹੜੇ ਗਰੀਬ ਘਰਾਂ ਦੇ ਕਰਦੇ ਆ, ਜਿਹੜੀਆਂ ਮਜਬੂਰੀਆਂ ਕਾਰਨ ਫਸੇ ਹੋਏ ਆ ਅਤੇ ਜਿਨ੍ਹਾਂ ਨੂੰ ਰਸਤਾ ਨਹੀਂ ਲੱਭ ਰਿਹਾ,
ਤੇ ਉਹ ਇੱਥੇ ਆਉਣ ਸੁਲਤਾਨਪੁਰ ਲੋਧੀ ਸੰਤ ਬਾਬਾ ਬਲਬੀਰ ਸਿੰਘ ਜੀ ਸੈਂਟਰ ਇੱਥੇ ਚੱਲ ਰਿਹਾ ਜੀ ਵਾਟਰ ਸਪੋਰਟਸ ਦਾ, ਤੇ ਇੱਥੇ ਆਣ ਕੇ ਆਪਣੀ ਮਿਹਨਤ ਕਰਨ ਤੇ ਜ਼ਿੰਦਗੀ 'ਚ ਜੋ ਆਪਣੇ ਉਹਨਾਂ ਦੇ ਖੁਆਬ ਆ ਪੂਰੇ ਕਰਨ, ਮਿਹਨਤ ਕਰਕੇ ਤੇ ਅੱਗੇ ਵਧਣ। ਇੱਥੇ ਬਹੁਤ ਵਧੀਆ ਰਹਿਣ ਸਹਿਣ ਆ, ਬਾਬਾ ਜੀ ਦੇ ਆਪਦੇ ਰੂਮ ਦਿੱਤੇ ਹੋਏ ਨੇ ਉਹਨਾਂ ਨੇ, ਇੱਥੇ ਰਹਿਣ ਸਹਿਣ ਲਈ ਖਾਣਾ ਪੀਣਾ ਬਹੁਤ ਵਧੀਆ ਇੱਥੇ। ਕਿਹੜੀ ਜਗ੍ਹਾ ਤੋਂ ਕੰਮ ਕੀਤਾ? ਅਸੀਂ ਰੋਪੜ ਤੋਂ ਜਿੱਤ ਕੇ ਆਏ ਆ, ਮੇਰੇ ਦੋ ਬਰਾਊਸ ਆਏ ਆ। ਕਿਹੜੇ ਸਕੂਲ ਚ ਪੜ੍ਹਦੇ ਹੋ? ਮੈਂ ਗਵਰਨਮੈਂਟ ਹਾਈ ਸਕੂਲ ਬਾਗੜੀਆਂ ਦੀ ਵਿਦਿਆਰਥਣ ਆ। ਨਹੀਂ, ਆਪਾਂ ਸਕੂਲ ਟਾਈਮ ਜਦੋਂ ਹੋ ਜਾਂਦਾ ਫਿਰ ਆਪਾਂ ਇੱਥੇ ਆ ਜਾਂਦੇ, ਸਰ ਨੇ ਦਿੱਤੀ ਹੋਈ ਹੈ। ਨਹੀਂ ਨਹੀਂ, ਜਦੋਂ ਮਤਲਬ ਕਿ ਹੁੰਦੇ ਆ ਲੱਗ ਜਾ, ਹਾਂਜੀ ਕੰਪੀਟੀਸ਼ਨ ਆਉਂਦਾ। ਹਾਂਜੀ, ਇੱਥੇ ਆਓ, ਬਹੁਤ ਵਧੀਆ ਆ, ਰਹਿਣ ਸਹਿਣ ਵੀ ਖਾਣਾ ਪੀਣਾ ਵੀ ਬਹੁਤ ਵਧੀਆ ਆ। ਆ ਕੇ ਆਪਣਾ ਤੁਸੀਂ ਗੇਮ ਵੱਲ ਦੋ ਇੰਟਰਸਟਿੰਗ ਕਰੋ, ਕਿ ਇੱਧਰ ਵੱਲ ਧਿਆਨ ਦਿਓ ਕਿ ਜੋ ਕਿ ਤੁਸੀਂ ਬਹੁਤ ਵਧੀਆ ਅੱਗੇ ਜਾ ਸਕੋ ਤੇ ਮਾੜੇ ਕੰਮਾਂ ਤੋਂ ਤੁਸੀਂ ਬਚ ਸਕੋ। ਮੈਂ ਜੀ ਆਲ ਇੰਡੀਆ ਟੂਰਨਾਮੈਂਟ, ਆਲ ਇੰਡੀਆ ਇੰਟਰ ਯੂਨੀਵਰਸਿਟੀ ਟੂਰਨਾਮੈਂਟ ਹੋਇਆ ਜੀ ਚੰਡੀਗੜ੍ਹ ਸੁਖਨਾ ਲੇਕ ਤੇ, ਜੋ ਸੀਯੂ ਵੱਲੋਂ ਕਰਵਾਇਆ ਗਿਆ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਵੱਲੋਂ। ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪਲੇਅ ਕੀਤਾ ਜੀ, ਮੇਰਾ D10 500 ਮੀਟਰ ਵਿੱਚੋਂ ਸਿਲਵਰ ਮੈਡਲ। ਕਾਲਜ ਜੀ, ਮੈਂ ਤਾਂ ਚਾਹੁੰਦਾ ਕਿ ਬਾਹਰ ਜਾਣ ਦੀ ਬਜਾਏ ਗੇਮ ਕਰੋ, ਗੇਮ ਦੇ ਵਿੱਚ ਬਹੁਤ ਸਾਰੀ ਫੈਸਿਲਿਟੀ ਆ ਜੀ। ਇੱਕ ਤਾਂ ਕਾਲਜ ਫੀਸ ਸਾਰੀ ਮਾਫ਼ ਹੋ ਜਾਂਦੀ, ਬੱਚਾ ਪੜ੍ਹ ਲਿਖ ਜਾਂਦਾ ਹੈ, ਯੂਨੀਵਰਸਿਟੀ ਦੀ ਸਾਰੀ ਫੀਸ ਮਾਫ਼ ਹੁੰਦੀ, ਰਹਿਣਾ ਖਾਣਾ ਸਾਰਾ ਉਹਨਾਂ ਦਾ ਹੁੰਦਾ ਹੈ। ਬਿਲਕੁਲ ਮਾਫ਼ ਮੈਨੂੰ 4 ਸਾਲ ਜੀ ਹੋ ਗਏ, 4 ਸਾਲ। ਬਿਲਕੁਲ ਜੀ ਬਿਲਕੁਲ, ਇੱਥੇ ਮੇਰੇ ਕੋਲ ਆਲ ਇੰਡੀਆ ਇੰਟਰ ਯੂਨੀਵਰਸਿਟੀ ਮੈਡਲ ਹੈ ਜੀ, ਤੇ ਨੀਸ ਐਂਡ ਜਿਹੜੀ ਨੈਸ਼ਨਲ ਭੋਪਾਲ ਵਿਖੇ ਹੋਈ ਹੈ ਜੀ, ਉੱਥੇ ਮੇਰਾ ਗੋਲਡ ਮੈਡਲ ਹੈ ਜੀ। ਪ੍ਰੈਕਟਿਸ ਕਰਨ ਤੁਸੀਂ ਇੱਥੇ ਹੀ ਹੁੰਦੇ? ਪ੍ਰੈਕਟਿਸ ਜੀ ਹਾਂਜੀ, ਸੁਲਤਾਨਪੁਰ ਲੋਧੀ ਇੱਥੇ ਜੀ ਵੇਈ, ਪਵਿੱਤਰ ਕਾਲੀ ਵੇਈ ਜੀ। ਇਹੋ ਹੀ ਆ ਜੀ, ਬਾਹਰ ਜਾਣ ਦੀ ਬਜਾਏ ਇੱਥੇ ਗੇਮਾਂ ਵੱਲ ਆਓ ਤੇ ਨਸ਼ਿਆਂ ਨੂੰ ਛੱਡੋ ਤੇ ਅੱਗੇ ਵਧੋ। ਹਾਂਜੀ, ਇੱਕ ਦਾਦੀ ਨਾਲ ਅਸੀਂ ਜਿੱਦਾਂ ਇੱਥੇ ਉਹਦੀ ਸੈਰ ਕਰਨ ਆਏ ਸੀਗੇ ਤੇ ਇੱਥੇ ਬੱਚੇ ਕਾਲਜ ਦੇ ਪ੍ਰੈਕਟਿਸ ਕਰ ਰਹੇ ਸੀਗੇ, ਫਿਰ ਉਸ ਤੋਂ ਬਾਅਦ ਕੋਚ ਸਾਹਿਬ ਨਾਲ, ਹਾਂਜੀ ਉਹਨਾਂ ਨੂੰ ਦੇਖ ਕੇ ਥੋੜ੍ਹਾ ਇੰਟਰਸਟ ਪੈਦਾ ਹੋਇਆ ਤੇ ਫਿਰ ਕੋਚ ਨਾਲ ਗੱਲ ਕੀਤੀ ਇੱਥੋਂ ਦੇ ਅਮਨਦੀਪ ਸਿੰਘ ਖਹਿਰਾ। ਕਿਸ ਜਗ੍ਹਾ ਤੋਂ ਮੈਡਲ ਜਿੱਤ ਗਏ? ਮੈਂ ਰੋਪੜ ਸਟੇਟ ਹੋਈ ਸੀ ਤੇ ਉੱਥੋਂ ਮੇਰੇ K1 ਦੇ ਵਿੱਚੋਂ 2 ਬ੍ਰੌਂਜ਼ ਮੈਡਲ ਆ, 500 ਮੀਟਰ ਤੇ 200 ਮੀਟਰ। ਹੋਰ ਬੱਚਿਆਂ ਨੂੰ ਕੀ ਸੰਦੇਸ਼ ਦਿੰਦੇ? ਇੱਥੇ ਸਵੇਰੇ ਸ਼ਾਮ ਇੱਥੇ ਪ੍ਰੈਕਟਿਸ ਹੁੰਦੀ ਹੈ ਡੇਲੀ, ਇਹ ਕਿ ਗੇਮ ਵੱਲ ਵੀ ਧਿਆਨ ਦਿਓ, ਜਿੱਦਾਂ ਬਾਹਰ ਜਾਣ ਨਾਲੋਂ ਸਗੋਂ ਗੇਮ ਵੱਲ ਧਿਆਨ ਦਿਓ, ਇੱਥੇ ਪੰਜਾਬ ਵਿੱਚ ਰਹੋ।